ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਤਵਲੀਨ ਕੌਰ ਤੇ ਮੈਂ ਪੁੱਜ ਗਈ ਅੱਜ ਵਿਜੇਪੁਰ ਤੇ ਮੇਰਾ ਕ੍ਰੇਵਿੰਗ ਬੜੀ ਹੋ ਰਹੀ ਸੀ ਮੇਰਾ ਮਨ ਕਰ ਰਿਹਾ ਸੀ ਮੈਂ ਚੀਜ਼ ਕੇਕ ਖਾਵਾਂ ਠੀਕ ਹੈ ਐਂਡ ਪੂਰੇ ਵਿਜੇਪੁਰ ਢੂੰਡਿਆ ਕਿਤੇ ਨਹੀਂ ਮਿਲਿਆ ਫਿਰ ਇੱਕ ਵਿਜੇਪੁਰ 'ਚ ਮੈਂ ਸੁਣਿਆ ਨਵੀਂ ਦੁਕਾਨ ਖੁੱਲੀ ਬੇਕਰੀ ਦੀ ਤੇ ਮੈਂ ਉੱਥੇ ਪੁੱਜ ਗਈ ਚੀਜ਼ ਕੇਕ ਖਾਣ ਵਾਸਤੇ ਬੇਕਰੀ ਦੀ ਦੁਕਾਨ ਦਾ ਨਾਮ ਹੈ ਬੇਕਿੰਗ ਵੀਸ ਦੇ ਧਿਆਨ ਮਾਰਿਓ ਜਰਾ ਹਾਂ ਇਹਨਾਂ ਕੋਲ ਹਰ ਚੀਜ਼ ਹੈ ਚੀਜ਼ ਕੇਕ ਪੇਸਟਰੀਜ਼ ਅਗਰ ਤੁਸੀਂ ਕੋਈ ਵੀ ਕਸਟਮਾਈਜ਼ ਕਰਾਉਣਾ ਹੈ ਕੇਕ ਫਾਊਂਟੇਨ ਕੇਕ ਐਵਰੀ ਤਰ੍ਹਾਂ ਮਤਲਬ ਹਰ ਤਰ੍ਹਾਂ ਦਾ ਕੇਕ ਦਿਲ ਵਾਲਾ ਕੇਕ ਔਰ ਬੇਕਰੀ ਵੀ ਇਹਨਾਂ ਕੋਲ ਹਰ ਤਰ੍ਹਾਂ ਦੀ ਤੁਹਾਨੂੰ ਜਿਹੜੀ ਉਹ ਮਿਲੇਗੀ ਸੋ ਮੈਂ ਪੁੱਛ ਗਈ ਇਹਨਾਂ ਕੋਲ ਚੀਜ਼ ਕੇਕ ਖਾਣ ਵਾਸਤੇ ਦੇਖੋ ਕਿੰਨਾ ਕੁਝ ਪਿਆ ਹੋਇਆ ਅੱਗੇ ਕੇਕਾਂ ਦੀ ਵੈਰਾਈਟੀਆਂ ਦੇਖੋ ਕਿੰਨੀਆਂ ਨੇ ਸਮਾਲ ਤੋਂ ਸਮਾਲ ਕੇਕ ਵੀ ਤੁਹਾਨੂੰ ਇੱਥੇ ਮਿਲ ਸਕਦਾ ਹੈ ਵੈਸੇ ਇਹਦਾ ਰੇਟ ਕੀ ਹੈ ਰੇਟ ਰਿਵੀਲ ਕਰਨਾ 300 ਅੱਛਾ 300 ਦੇਖੋ 300 ਤੋਂ ਸ਼ੁਰੂ ਤੇ ਅਗਰ ਤੁਹਾਡੇ ਘਰ ਕਿਸੇ ਦਾ ਬਰਥਡੇ ਹੈ ਜਾਂ ਕੁਝ ਵੀ ਹੈ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਫੋਨ ਕਰ ਸਕਦੇ ਹੋ ਇਹਨਾਂ ਨਾਲ ਗੱਲ ਕਰ ਸਕਦੇ ਹੋ ਐਂਡ ਇਹਨਾਂ ਦਾ ਚੀਜ਼ ਕੇਕ ਜਿਹੜਾ ਇੱਕ ਵਾਰ ਅਸੀਂ ਵੀ ਟਰਾਈ ਕਰਨੇ ਆ ਤੇ ਫਿਰ ਤੁਹਾਨੂੰ ਦੱਸਣੇ ਕਿਹੋ ਜਿਹਾ ਲੱਗਾ ਚਲੋ ਤੇ ਸਾਡੇ ਨਾਲ ਨੇ ਬੇਕਿੰਗ ਬੀਸ ਦੇ ਓਨਰ ਤੇ ਇਹਨਾਂ ਨੂੰ ਪੁੱਛਾਂਗੇ ਕਿ ਆਈਡੀਆ ਕਿਸ ਤਰ੍ਹਾਂ ਆਇਆ ਦਿਮਾਗ 'ਚ ਬੇਕਰੀ ਖੋਲਣ ਦਾ ਮੈਮ ਸ਼ੁਰੂ ਤੋਂ ਹੀ ਇੱਕ ਮਤਲਬ ਬਿਜ਼ਨਸ ਕਰਨ ਦਾ ਚਾਹ ਹੀ ਬਟ ਕੋਈ ਮਤਲਬ ਆਈਡੀਆ ਨਹੀਂ ਮਿਲ ਰਿਹਾ ਫਿਰ ਲਾਸਟ ਮੇਰੇ ਬ੍ਰਦਰ ਨੇ ਰਿਕਮੈਂਡ ਕੀਤਾ ਕਿ ਬੇਕਰੀ ਦਾ ਕੰਮ ਥੋੜ੍ਹਾ ਵਧੀਆ ਤੇ ਫਿਰ ਮੈਂ ਸੋਚਿਆ ਕਿ ਬੇਕਰੀ ਦਾ ਹੀ ਕਰਾਂਗੇ ਅੱਗੇ ਹਾਂ ਜਿਸ ਤਰ੍ਹਾਂ ਨਾ ਪੂਰੇ ਮੈਂ ਵਿਜੇਪੁਰ ਚ ਢੂੰਡਿਆ ਕਿਤੇ ਮੈਨੂੰ ਚੀਜ਼ ਕੇਕ ਨਹੀਂ ਮਿਲਿਆ ਹੈ ਨਾ ਤੁਹਾਡੇ ਇੱਥੇ ਚੀਜ਼ ਕੇਕ ਹੈ ਤੇ ਫਿਰ ਅਸੀਂ ਇੱਥੇ ਆਏ ਫਿਰ ਸਾਨੂੰ ਪਤਾ ਚੱਲਿਆ ਨਵੀਂ ਨਵੀਂ ਦੁਕਾਨ ਖੁੱਲੀ ਹੈ ਕਦੋਂ ਖੋਲੀ ਤੁਸੀਂ ਇਹ ਮੈਮ 3-4 ਹਫ਼ਤੇ ਹੋਏ ਆ ਜੇ ਅੱਛਾ ਰਿਸਪੌਂਸ ਕਿਸ ਤਰ੍ਹਾਂ ਅੱਛਾ ਵਧੀਆ ਵਧੀਆ ਮੈਮ ਵਿਜੇਪੁਰ ਦੀ ਮਾਰਕੀਟ ਬਹੁਤ ਵਧੀਆ ਔਰ ਬਹੁਤ ਵਧੀਆ ਇੱਕ ਵਾਰ ਵਿਜੇਪੁਰ ਵਾਲਿਆਂ ਨੂੰ ਸਾਰਿਆਂ ਨੂੰ ਦੱਸ ਦੋ ਨਾ ਦੁਕਾਨ ਕਿੱਥੇ ਜੀ ਹੈ ਕਿੱਥੇ ਆਣਾ ਹੈ ਇਹ ਦੁਕਾਨ ਮੈਮ ਪਰਫੀਟੋ ਆਪਣਾ ਪੀਜ਼ਾ ਪੁਆਇੰਟ ਹੈ ਜੋ ਉਹਦੇ ਆਪੋਜ਼ਿਟ ਸ਼ਾਪ ਹੈ ਸਾਡੀ ਬੇਕਿੰਗ ਬੀਸ ਦੇ ਨਾਮ ਉੱਪਰ ਰਾਮਗੜ ਰੋਡ ਬੇਕਿੰਗ ਬੀਸ ਤੇ ਵੈਸੇ ਘਰ ਵੀ ਰੋਟੀ ਰਾਟੀ ਪਕਾਉਂਦੇ ਹੀ ਕਦੇ ਹੀ ਇੱਥੇ ਬਣਾਉਣਾ ਸ਼ੁਰੂ ਕੀਤੀ ਨਹੀਂ ਮੈਮ ਮੈਂ ਕੋਈ ਰੋਟੀ ਛੋਟੀ ਨਹੀਂ ਬਣਾਉਂਦਾ ਸ਼ੈਫ ਰੱਖਿਆ ਹੀ ਉਹੀ ਬਣਾਉਂਦੇ ਅੱਛਾ ਸ਼ੈਫ ਹੀ ਬਣਾਉਂਦੇ ਨੇ ਅੱਛਾ ਸਾਡੀ ਬੇਕਰੀ ਪਿੱਛੇ ਪਲਾਂਟ ਪਿੱਛੇ ਲੱਗਾ ਆ ਤੇ ਇੰਡਸਟਰੀਅਲ ਏਰੀਆ 'ਚ ਤਾਂ ਬਾਕੀ ਜੋ ਸ਼ਾਪ ਹੈ ਇਹ ਸਾਡਾ ਪਹਿਲਾ ਆਊਟਲੈਟ ਹੈ ਨੈਕਸਟ ਅਸੀਂ ਦੇਖ ਰਹੇ ਹਾਂ ਕਿ ਫੁਆਰਾ ਚੌਂਕ ਦੇ ਕੋਲ ਖੋਲੀਏ ਫੁਆਰਾ ਚੌਂਕ ਦੇ ਕੋਲ ਅੱਛਾ ਤੁਸੀਂ ਛੜਾ ਪੈਸੇ ਗਿੰਦੇ ਹੋ ਮੈਂ ਤੁਸੀਂ ਬਣਾਉਂਦੇ ਨਹੀਂ ਹੋ ਆਹੀਂ ਛੜਾ ਪੈਸੇ ਗਿੰਦੇ ਹੋ ਮੈਂ ਸੋਚਿਆ ਕੋਈ ਕੇਕ ਸ਼ੇਕ ਬਣਾਉਣਾ ਸਿੱਖਿਆ ਹੋਣਾ ਤੁਸੀਂ ਨਹੀਂ ਨਹੀਂ ਮੈਡਮ ਮੈਂ ਨਹੀਂ ਬਣਾਉਂਦਾ ਇਹ ਮੁੰਡੇ ਰੱਖੇ ਅੱਗੇ ਬਣਾਉਣੇ ਵਾਸਤੇ ਸ਼ੈਫ ਰੱਖੇ ਹਾਂ ਜੀ ਤੇ ਇਹ ਕਸਟਮਾਈਜ਼ ਵੀ ਹੁੰਦੇ ਨੇ ਕੇਕ ਹਾਂ ਫੌਂਡੈਂਟ ਕੇਕ ਨਾਰਮਲ ਕੇਕ ਜੋ ਮਤਲਬ ਨਾਰਮਲ ਕੇਕ ਤੇ 24 ਘੰਟੇ ਹੁੰਦਾ ਬਟ ਫੌਂਡੈਂਟ ਕੇਕ ਦਾ ਸਾਨੂੰ ਜੋ ਹੈ ਆਰਡਰ ਚਾਹੀਦਾ ਉਹ ਆਰਡਰ ਦੇਣਾ ਪੈਂਦਾ ਕੋਈ 2 ਘੰਟੇ ਪਹਿਲੇ ਅੱਛਾ 2 ਘੰਟੇ ਪਹਿਲੇ ਮਤਲਬ ਅਗਰ ਕਿਸੇ ਦਾ ਵਿਆਹ ਤੇ ਉਹ ਵੀ ਕਰਾ ਸਕਦਾ ਆਰਡਰ ਉਹ ਵੀ ਵੈਡਿੰਗ ਕੇਕ ਆਪਣਾ ਰਿੰਗ ਸੈਰੇਮਨੀ ਵਾਲਾ ਕੇਕ ਸਾਰੇ ਕੇਕ ਹੈ ਅੱਛਾ ਹੋਰ ਕੀ ਕੀ ਚੀਜ਼ਾਂ ਜਰਾ ਦੱਸੋ ਹਾਂ ਇੱਥੇ ਮੈਨੂੰ ਇੱਕ ਵਾਰ ਪੇਸਟਰੀ ਆ ਮੈਡਮ ਆਪਣੇ ਕੋਲ ਆਪਣੇ ਕੇਕ ਨੇ ਪੁਡਿੰਗ ਹੈ ਫਰੂਟ ਪੁਡਿੰਗ ਹੋ ਗਈ ਡੋਨਟ ਹੈ ਆਪਣਾ ਪੈਟੀਜ਼ ਹੈ ਆਲੂ ਪੈਟੀਜ਼ ਪਨੀਰ ਪੈਟੀਜ਼ ਪਫ ਹਰ ਇੱਕ ਵੈਰਾਈਟੀ ਹੈ ਜੋ ਜੋ ਬੇਕਰੀ ਚ ਹੁੰਦੀ ਹੈ ਇਹ ਦੇਖੋ ਡੋਨਟ ਵੀ ਹੈ ਨਾ ਹਾਂਜੀ ਇਹ ਅੰਗਰੇਜ਼ਾਂ ਵਾਲੇ ਹੁੰਦੇ ਸੀ ਅੱਜ ਕੱਲ ਜੰਮੂ ਚ ਵੀ ਆ ਗਏ ਵੈਸੇ ਹੈ ਬਿਲਕੁਲ ਬਿਲਕੁਲ ਮੈਡਮ ਇਹ ਡੋਨਟ ਦਾ ਕੀ ਰੇਟ ਰੱਖਿਆ ਤੁਸੀਂ ਇਹ 20 ਰੁਪਏ ਵਿਸ ਮੈਮ 20 ਰੁਪਏ ਜੀ 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 ਔਰ ਐਂਡ ਇਹ ਕੱਪ ਕੇਕ ਹੈ ਨਾ ਹਾਂਜੀ ਔਰ ਸਾਡਾ ਆਪਣਾ ਜਿਹੜਾ ਬ੍ਰੈਡ ਦੀ ਮੈਨੂਫੈਕਚਰਿੰਗ ਹੈ ਔਰ ਪਾਓ ਬਨ ਦੀ ਮੈਨੂਫੈਕਚਰਿੰਗ ਕੋਈ ਵੀ ਹੋਲਸੇਲ ਚਾਹੀਦਾ ਉਹ ਵੀ ਮਿਲ ਜਾਏਗਾ ਸਾਡਾ ਜੋ ਸੈਂਡਵਿਚ ਬ੍ਰੈਡ ਹੁੰਦਾ ਉਹ ਵੀ ਜਾਂਦਾ ਰੇਲਵੇ 'ਚ ਜਾਂਦਾ ਔਰ ਵੀ ਮਤਲਬ ਬੰਦੇ ਖੁਦ ਬੇਕਰੀ ਦਾ ਹਾਂਜੀ ਹਾਂ ਪੂਰਾ ਕੰਮ ਮਤਲਬ ਪਹਿਲੇ ਅਸੀਂ ਹੋਲਸੇਲ ਕਰਦੇ ਸੀ ਇਹ ਆਪਣਾ 3-4 ਹਫ਼ਤੇ ਹੋਏ ਪਹਿਲਾ ਆਊਟਲੈਟ ਖੋਲ੍ਹੇ ਤੇ ਹੋਲਸੇਲ ਕਦੋਂ ਕਰ ਰਹੇ ਹੋ ਉਹ ਸਾਨੂੰ 1 ਸਾਲ ਹੋ ਗਿਆ ਅੱਛਾ 1 ਸਾਲ ਹਾਂਜੀ ਤੇ ਕਿਹੋ ਜਿਹਾ ਰਿਸਪਾਂਸ ਹੈ ਉਹ ਵੀ ਵਧੀਆ ਕੰਮ ਹੈ ਮੈਡਮ ਇਹ ਸੋਚਿਆ ਅਸੀਂ ਚਲੋ ਕਾਊਂਟਰ ਖੋਲ੍ਹ ਕੇ ਲੋਕਾਂ 'ਚ ਥੋੜ੍ਹਾ ਪਤਾ ਚੱਲੇ ਬੇਕਰੀ ਦਾ ਹਾਂਜੀ ਸਾਡੇ ਵਿਜੇਪੁਰ ਹੈ ਨਹੀਂ ਆ ਇੰਨਾ ਹੈ ਇਹ ਬਹੁਤ ਵਧੀਆ ਵਧੀਆ ਆਊਟਲੈਟ ਵੀ ਹੈ ਨਾ ਲੇਕਿਨ ਥੋੜ੍ਹਾ ਅਸੀਂ ਸੋਚਿਆ ਉਹ ਮਾਡਰਨਿਟੀ ਵਾਲਾ ਨਵੀਂ ਵੈਰਾਈਟੀ ਲੈ ਆਈਏ ਆਂਟੀ ਵੀ ਆਣਾ ਹੈ ਦੁਕਾਨ ਪਰ ਹੈ ਨਾ ਤੇ ਆਂਟੀ ਜੀ ਅੱਛਾ ਮੰਮਾ ਨੇ ਹਾਂ ਜੀ ਹਾਂ ਜੀ ਤੇ ਆਂਟੀ ਜੀ ਕਿਹਾ ਲੱਗਦਾ ਬੱਚੇ ਕੰਮ ਕਰਦੇ ਵੇ ਵਧੀਆ ਲੱਗਦਾ ਮੈਮ ਵਧੀਆ ਲੱਗਦਾ ਕਾਰ ਕਰਦੇ ਹੀ ਕੰਮ ਕੁਮ ਨਹੀਂ ਨਹੀਂ ਹੈਲਪ ਤਾਂ ਕਰਾਉਂਦੇ ਹੀ ਛੋਟੇ ਹੀ ਜਦੋਂ ਹੁਣ ਜਦੋਂ ਦਾ ਆਪਣਾ ਕੰਮ ਪਾਇਆ ਆਪਣੇ ਚ ਬਿਜ਼ੀ ਰਹਿੰਦੇ ਅੱਛਾ ਆਪਣੇ ਚ ਬਿਜ਼ੀ ਰਹਿੰਦੇ ਹਨ ਤੇ ਆਂਟੀ ਖੁਸ਼ੀ ਹੁੰਦੀ ਹੈ ਨਾ ਬੱਚਿਆਂ ਨੂੰ ਕੰਮ ਕਰਦੇ ਦੇਖ ਕੇ ਹਾਂ ਜੀ ਬਹੁਤ ਖੁਸ਼ੀ ਹੈ ਤੁਸੀਂ ਵੀ ਆਂਦੇ ਹੋ ਹੈਲਪ ਕਰਾਉਣ ਦੁਕਾਨ ਪਰ ਬਿਲਕੁਲ ਜਦੋਂ ਜ਼ਰੂਰਤ ਪਵੇ ਕਰਾਉਂਦੇ ਆ ਪਿੱਛੇ ਜਿੱਥੇ ਪਲਾਂਟ ਲਗਾਇਆ ਉਧਰ ਵੀ ਕਰਵਾਉਂਦੇ ਆ ਅਸੀਂ ਅੱਛਾ ਉਧਰ ਵੀ ਹਾਂਜੀ ਬੱਚੇ ਦੀ ਸ਼ੌਂਕ ਹੈ ਹੁਣ ਇਹਦੀ ਹੈਲਪਫੁਲ ਕਰਨੀ ਜੀ ਜੀ ਤੇ ਪਲਾਂਟ ਕਿਹੜੀ ਜਗ੍ਹਾ ਲਾਇਆ ਤੁਸੀਂ ਗੜਵਾਲ ਅੱਛਾ ਗੜਵਾਲ ਠੀਕ ਹੈ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੈਰਾਈਟੀਆਂ ਕਿੰਨੀਆਂ ਪਈਆਂ ਇਹਨਾਂ ਕੋਲ ਚਾਕਲੇਟ ਵਾਲੇ ਉਹ ਵੀ ਹਨ ਕੀ ਕਹਿੰਦੇ ਹੈ ਨਾ ਕੁਕੀਜ਼ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਚਾਕੋ ਚਿਪਸ ਕੁਕੀ ਹੈ ਮੈਮ ਆਪਣਾ ਕਾਜੂ ਵਾਲੀ ਹੈ ਗੁੜ ਵਾਲੀ ਹੈ ਆਟਾ ਬਿਸਕਿਟ ਨੇ ਸਾਰੀ ਵੈਰਾਈਟੀ ਰੱਖੀ ਹੈ ਸਾਰੀ ਵੈਰਾਈਟੀ ਹੈ ਨਾ ਬਹੁਤ ਵਧੀਆ ਐਂ ਤੁਸੀਂ ਇਹ ਵੀ ਰੱਖਿਆ ਦੇਖੋ ਅਗਰ ਕਿਸੇ ਦਾ ਬਰਥਡੇ ਬੁੱਢੇ ਡੈਕੋਰੇਸ਼ਨ ਦਾ ਸਾਰੇ A to Z ਆਈਟਮ ਹੈ ਮਹਿੰਦੀ ਐਨਵਰਸਰੀ ਬ੍ਰਾਈਡ ਟੂ ਬੀ ਸਾਰੇ ਆ ਬੇਬੀ ਸ਼ਾਵਰ ਸਾਰੀ ਡੈਕੋਰੇਸ਼ਨ ਹੈ ਸਾਰੀ ਡੈਕੋਰੇਸ਼ਨ ਜਿਹਦਾ ਵੀ ਪ੍ਰੋਵਾਈਡ ਕਰ ਦਿੰਨੇ ਆਹੀਂ ਜੇ ਕੋਈ ਬੰਦਾ ਮਤਲਬ ਡੈਕੋਰੇਸ਼ਨ ਤਾਂ ਹੀ ਕਿਸੇ ਨੇ ਕਰਵਾਣੀ ਹੋਏ ਅਸੀਂ ਬੰਦਾ ਵੀ ਪ੍ਰੋਵਾਈਡ ਕਰ ਦਿੰਨੇ ਆ ਜੀ ਜੀ ਤੇ ਸਭ ਆਨਲਾਈਨ ਹੋ ਸਕਦਾ ਹੈ ਨਾ ਕੇਕ ਦੀ ਬੁਕਿੰਗ ਵੀ ਆਨਲਾਈਨ ਹਾਂ ਸਾਡਾ ਕੰਟੈਕਟ ਨੰਬਰ ਹੈ ਤੁਸੀਂ
देखो अही कैप्शन च पा दिने लोकेशन कॉन्टैक्ट नंबर एंड जिनी भी इनफॉर्मेशन है दुकान की सारी अही कैप्शन च पा रहे हैं, पढ़ लो एक बार, है ना।